viewers ब्रेक ਤਬਾ ਤੁਹਾਡਾ ਸਵਾਗਤ ਕਰਦੇ ਆ ਜੀ ਡਾਕਟਰ ਸਾਹਿਬ ਹੁਣ ਸਾਨੂੰ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਬਾਰੇ ਦੱਸੋ ਸਿੱਖ ਇਤਿਹਾਸ ਦੇ ਹਵਾਲੇ ਨਾਲ 1644 ਦੇ ਵਿੱਚ ਭਾਈ ਮਨੀ ਸਿੰਘ ਜੀ ਜਨਾਨ ਨੂੰ ਜਦੋਂ ਅਸੀਂ ਅਰਦਾਸ ਚ ਬੰਦ-ਬੰਦ ਕਟਾਏ ਸ਼ਬਦ ਆਉਂਦੇ ਹਾਂ ਜੀ ਤੇ ਬਜ਼ੁਰਗ 90 ਸਾਲ ਦੀ ਉਮਰ ਦੇ ਭਾਈ ਮਨੀ ਸਿੰਘ ਬੈਠੇ ਜਲਾਦ ਨੂੰ ਕਹਿ ਰਹੇ ਨੇ ਕਿ ਵੀ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ ਤੂੰ ਮੈਨੂੰ ਗੁੱਟ ਤੋਂ ਫੜਿਆ ਤੂੰ ਮੈਨਰੇ ਪਹਿਲਾਂ ਪੂਰੀਆਂ ਕਾਰ ਉਂਗਲਾਂ ਦੀਆਂ ਉਹਨਾਂ ਦਾ ਅਜ ਦੇ ਦਿਨ 1644 ਦੇ ਵਿੱਚ ਜਨਮ ਹੋਇਆ 1746 ਦੇ ਵਿੱਚ ਲਖਪਤ ਰਾਏ ਜਿਹਨੂੰ ਸਿੱਖ ਲਖੂ ਕਰਕੇ ਕਹਿੰਦੇ ਨੇ ਉਹਨੇ ਹਜ਼ਾਰਾਂ ਸਿੱਖ ਜਿਹੜੇ ਨਹੀਂ ਉਹਨਾਂ ਦੇ ਕਤਲ ਕਰਨ ਦਾ ਹੁਕਮ ਦਿੱਤਾ ਜੈਸ ਤੇ ਵਿੱਚ ਨਖਾਸ ਚੌਕ ਲਾਹੌਰ ਦੇ ਵਿੱਚ ਇਕੱਠੇ ਕੀਤੇ ਗਏ ਉਹਨਾਂ ਚ ਲਾਹੌਰ ਦੇ ਬਹੁਤ ਸਾਰੇ ਉਹ ਸਿੱਖ ਵੀ ਸਨ ਜਿਹੜੇ ਮਿਲਵਰਤਨੀ ਐ ਸਨ ਜਿਹੜੇ ਬਾਗੀ ਸਿੱਖਾਂ ਦੇ ਨਾਲ ਨਹੀਂ ਸੀ ਉਹ ਟੈਕਸ ਵੀ ਦੰਦੇ ਸੀ ਲੇਕਿਨ ਉਹਨੇ ਇਹ ਤਿਆਰ ਕੀਤਾ ਸੀ ਕਿ ਮੈਂ ਇਹ ਸਿੱਖਾਂ ਦੀ ਅਲਖ ਮੁਕਾਦਨੀ ਹੈ ਅਤੇ ਉਹਨਾਂ ਦੇ ਵਿੱਚ ਜਿਹੜੇ ਸ਼ਹੀਦ ਕੀਤੇ ਗਏ ਭਾਈ ਸੁਬੇਕ ਸਿੰਘ ਸ਼ਹਾਬਾਤ ਸਿੰਘ ਜਿਹੜੇ ਪਿਤਾ ਪੁੱਤਰ ਸਨ ਉਹਨਾਂ ਨੂੰ ਚਰਖਣੀਆਂ ਤੇ ਚਾੜ ਕੇ ਸ਼ਹੀਦ ਕੀਤਾ ਗਿਆ 1946 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 6 ਸਟੇਟ ਦਾ ਮਤਾ ਪਾਸ ਕੀਤਾ ਕਿ ਆਜ਼ਾਦ ਸਿੱਖ ਦੇਸ਼ ਹੋਣਾ ਚਾਹੀਦਾ ਹੈ ਅੱਜ ਭਾਵੇਂ ਸਾਰਾ ਹੀ ਅਕਾਲੀ ਦਲ ਇਸ ਤੋਂ ਪਗੋੜ ਹੈ ਹਾਂਜੀ 1966 ਦੇ ਵਿੱਚ ਜਦੋਂ ਮਾਰਚ ਮਹੀਨੇ ਦੇ ਵਿੱਚ ਐਲਾਨ ਹੋ ਗਿਆ ਕਾਂਗਰਸ ਵਰਕਿੰਗ ਕਮੇਟੀ ਨੇ ਕਿ ਪੰਜਾਬੀ ਸੂਬਾ ਬਣਾਇਆ ਜਾਏਗਾ ਜਾਂਸੰਗ ਭਾਰਤੀਾਂਾਂ ਦਾ ਜਾਂਸੰਗ ਉਹਦਾ ਪਹਿਲਾ ਪਿਓ ਹੈ ਇਹਦਾ ਜਨਤਾ ਪਾਰਟੀ ਦਾ ਉਹਨਾਂ ਦਾ ਜਨਰਲ ਸੈਕਟਰੀ ਯੰਗਦਤ ਸ਼ਰਮਾ ਹੁੰਦਾ ਸੀ ਆਰੀਆ ਸਮਾਜ ਜੀ ਉਹਨੇ ਹੁਸ਼ਿਆਰਪੁਰ ਦੇ ਵਿੱਚ ਮਰਨ ਵਰਤ ਸ਼ੁਰੂ ਕਰਤਾ ਕਿ ਜੇ ਪੰਜਾਬੀ ਸੂਬਾ ਬਣੇਗਾ ਤਾਂ ਮੈਂ ਮਰ ਜਾਵਾਂ ਮਰਿਆ ਵੀ ਨਹੀਂ ਵੈਸੇ ਪੰਜਾਬੀ ਸੂਬਾ ਬਣ ਗਿਆ ਫਿਰ ਵੀ ਵਰਲਡ ਹਿਸਟਰੀ ਦੇ ਹਵਾਲੇ ਨਾਲ 418 ਦੇ ਵਿੱਚ ਰੋਮਨ ਐਮਪਾਇਰ ਨੇ ਐਲਾਨ ਕੀਤਾ ਕਿ ਵੀ ਕੋਈ ਵੀ ਯਹੂਦੀ ਜਿਹੜਾ ਉਹ ਪਬਲਿਕ ਆਫਿਸ ਦੇ ਵਿੱਚ ਨਹੀਂ ਰਹਿ ਸਕਦਾ ਹਾਂਜੀ 1735 ਦੇ ਵਿੱਚ ਨਾਦਰ ਸ਼ਾ ਜਿਹੜਾ ਕਿ ਬਾਅਦ ਚ 1739 ਦੇ ਵਿੱਚ ਦਿੱਲੀ ਤੇ ਉੱਤੇ ਹਮਲਾਵਰ ਹੋਇਆ ਸਿੱਖਾਂ ਨੇ ਵੀ ਉਹਨੂੰ ਭਾਜ ਦਿੱਤੀ ਉਸ ਨੇ ਰੂਸ ਦੇ ਨਾਲ ਸਮਝੌਤਾ ਕੀਤਾ ਕਿਉਂਕਿ ਰੂਸ ਤਾਂ ਹਮੇਸ਼ਾ ਇਹ ਥੀਮ ਰਹਿ ਜਾਂ ਡ੍ਰੀਮ ਰਹਿ ਇੰਡੀਅਨ ਓਸ਼ੀਅਨ ਦਾ ਕਾਣ ਦਾ ਸੋ ਬਾਕੂ ਜਿਹੜਾ ਅਜ਼ਰਬਾਈਜਾਨ ਚ ਹੈ ਉੱਥੋਂ ਤੱਕ ਰੂਸੀ ਫੌਜਾਂ ਆ ਗਈਆਂ ਸੀ ਸੋ ਇਸ ਸਮਝੌਤੇ ਦੇ ਤਹਿਤ ਰੂਸੀ ਫੌਜਾਂ ਵਾਪਸ ਮੁੜੀਆਂ 1801 ਦੇ ਵਿੱਚ ਬ੍ਰਿਟਨ ਦੇ ਵਿੱਚ ਪਹਿਲੀ ਵਾਰ ਸੈਂਸਸ ਮਰਦਮ ਸ਼ੁਮਾਰੀ ਹੋਈ ਜਿਹੜੀ ਹਰ 10 ਸਾਲ ਬਾਅਦ ਹੁੰਦੀ ਹੈ 1849 ਦੇ ਵਿੱਚ ਅਬਰਾਹਿਮ ਲਿੰਕਨ ਨੇ ਕਿਸੇ ਚੀਜ਼ ਦਾ ਪੇਟੈਂਟ ਕਰਵਾਇਆ ਮੈਂ ਰਿਸਰਚ ਕੀਤੀ ਮੈਨੂੰ ਲੱਭਿਆ ਨਹੀਂ ਹੈ ਪਰ ਇੱਕੋ ਇੱਕ ਪ੍ਰੈਜ਼ੀਡੈਂਟ ਹੈ ਜਿਨੇ ਕੁਝ ਕਾਡ ਕੱਢੀ ਤਾਂ ਜਿਹਦਾ ਉਹਨੇ ਪੇਟੈਂਟ ਲਿਆ ਭਾਵੇਂ ਉਹ ਚੀਜ਼ ਕਦੇ ਮਾਰਕੀਟ 'ਚ ਨਹੀਂ ਆਈ ਉਹਦਾ ਮਰਡਰ ਹੋ ਗਿਆ 1862 ਦੇ ਵਿੱਚ ਪਹਿਲੀ ਵਾਰ ਯੂਐਸ ਦੇ ਵਿੱਚ ਪੇਪਰ ਕਰੰਸੀ ਆਈ ਨਹੀਂ ਤਾਂ 골ਡ ਸਿਲਵਰ ਪਾਇਨ ਹੀ ਹੁੰਦੇ ਸੀ ਇਹ ਜਿਹੜੇ ਕਾਗਜ਼ ਦੇ ਨੋਟ ਨੇ ਹਰੇ-ਹਰੇ ਇਹ 1862 ਦੇ ਵਿੱਚ ਛਪਣੇ ਸ਼ੁਰੂ ਹੋਏ ਜੀ 1893 ਦੇ ਵਿੱਚ ਆਈਵਰੀ ਕੋਸਟ ਨਾਂ ਦਾ ਮੁਲਕ ਜਿਹੜਾ ਉਹ ਫ੍ਰੈਂਚ ਕਲੋਨੀ ਬਣਿਆ 1910 ਦੇ ਵਿੱਚ ਚਾਈਨਾ ਨੇ ਗੁਲਾਮੀ ਦਾ ਐਂਡ ਕੀਤਾ 1945 ਦੇ ਵਿੱਚ ਜਾਪਾਨ ਨੇ ਵਿਤਨਾਮ ਨੂੰ ਆਜ਼ਾਦ ਦੇਸ਼ ਐਲਾਨਿਆ ਪਰ 1971 ਦੇ ਵਿੱਚ ਅ ਅਮਰੀਕਨ ਸੈਨੇਟ ਨੇ ਇਹ ਮਤਾ ਪਾਸ ਕਰਕੇ ਪਹਿਲਾਂ ਵੋਟਾਂ 21 ਸਾਲ ਦਾ ਮੁੰਡਾ ਕੁੜੀ ਪਾ ਸਕਦੇ ਸੀ ਫਿਰ 1971 ਦੇ ਵਿੱਚ ਇਹਨੂੰ ਉਹਨਾਂ ਨੇ 18 ਸਾਲ ਦੀ ਉਮਰ ਕੀਤਾ ਹਾਂ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਨੀ ਗੁਰਵਚਨ ਸਿੰਘ ਨੇ ਕਾਲਿਆ ਵਾਲਾ ਖੂਹ ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਥ ਦੇ ਖਿਲਾਫ ਲੜਨ ਵਾਲਿਆਂ ਨੂੰ ਕੋਈ ਸਨਮਾਨ ਨਹੀਂ ਮਿਲਣਾ ਚਾਹੀਦਾ ਦੇਖੋ ਇਹਦੇ ਤੇ ਤੁਹਾਡਾ ਹਾਂ ਦੇਖੋ ਹਾਲੇ ਹੈ ਕਿ ਵੀ ਅਸੀਂ ਆਲਰੇਡੀ ਇਸ ਦੇ ਉੱਤੇ ਚਰਚਾ ਕਰ ਚੁੱਕੇ ਹਾਂ ਹਾਂ ਜੀ ਕਿ ਕਿਵੇਂ ਉਹ ਨਾ ਪੂਰਬੀਆਂ ਨੂੰ ਜਿਨ੍ਹਾਂ ਨੇ 1846 ਦੀ ਸਭਰਾਵਾ ਦੀ ਜੰਗ ਦੇ ਵਿੱਚ ਸਿੱਖਾਂ ਦੇ ਖਿਲਾਫ ਲੜਾਈ ਲੜੀ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜਿਨ੍ਹਾਂ ਨੇ ਲਾਹੌਰ ਤੱਕ ਪਹੁੰਚਦੇ ਆ ਹਜ਼ਾਰਾਂ ਔਰਤਾਂ ਨੂੰ ਬੇਅਦਬ ਕੀਤਾ ਔਰ ਬਾਅਦ ਦੇ ਵਿੱਚ ਵੀ ਉਹਨਾਂ ਦਾ ਰੋਲ ਸਿੱਖ ਵਿਰੋਧੀ ਰਿਹਾ ਉਹ ਕਾਲਿਆਂ ਵਾਲੇ ਖੂਨ ਉਹ ਰੈਵਨਿਊ ਰੈਕੋਰਡ ਦੇ ਵਿੱਚ ਵੀ ਉਹਦਾ ਨਾਂ ਕਾਲਿਆਂ ਵਾਲਾ ਖੂ ਹੈ ਜੀ ਹੁਣ ਇੱਕ ਸੁਰਿੰਦਰ ਕੋਚੜ ਨਾਂ ਦਾ ਜਹਲੀ ਜੇ ਇਤਿਹਾਸਕਾਰ ਨਿਕਲਿਆ ਔਰ ਸਾਰੇ ਉਹਦੇ ਪਿੱਛੇ ਕਾਮਰੇਡ ਆਰਿਆ ਸਮਾਜ ਜੀ ਹੁਣ ਲੱਗ ਗਏ ਨੇ ਤੇ ਪੰਜਾਬ ਸਰਕਾਰ ਨੇ ਵੀ ਕਹਿ ਦਿੱਤਾ ਜੀ ਅਸੀਂ ਉੱਥੇ ਸ਼ਹੀਦੀ ਯਾਦਗਾਰ ਬਣਾਵਾਂਗੇ ਔਰ ਉਹਦਾ ਨਾਂ ਜਿਹੜਾ ਅਸੀਂ ਸ਼ਹੀਦੀ ਖੂ ਰੱਖਾਂਗੇ ਹਾਂਜੀ ਹੁਣ ਜੱਥੇਦਾਰ ਅਕਾਲ ਤਖਤ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਜੇ ਅਕਾਲ ਤਖਤ ਦਾ ਰਤਬਾ ਸੁਪਰੀਮ ਹੈ ਇਸ ਲਈ ਜੱਥੇਦਾਰ ਆਪੇ ਸੁਪਰੀਮ ਬਣ ਜਾਂਦੇ ਜੀ ਉਹਨਾਂ ਦੇ ਕਹਿਣ ਦੇ ਬਾਵਜੂਦ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਪਹਿਲਾਂ ਦੇਖਤਾ ਲਓ ਵੀ ਕੀ ਹੈਗਾ ਔਰ ਜਿਸ ਸਾ ਡਾਕਟਰ ਕਿਰਪਾਲ ਸਿੰਘ ਨੂੰ ਉਹਨਾਂ ਨੇ ਅਜੇ 2 ਹਫ਼ਤੇ ਪਹਿਲਾਂ ਪ੍ਰੋਫੈਸਰ ਆਫ ਸਿੱਖ ਜਮਦਾ ਖਿਤਾਬ ਦਿੱਤਾ ਹੈ ਹਾਂਜੀ ਉਹਦਾ ਪਤਲਾ ਉਹ ਕਮੇਟੀ ਸਾੜ ਰਹੀ ਹੈ ਅਜਨਾਲੇ ਵਾੜੀ ਔਰ ਪੰਜਾਬ ਸਰਕਾਰ ਬਾਦਲ ਜਿਹਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਹੋਇਆ ਉਹਨਾਂ ਜੱਥੇਦਾਰ ਨੂੰ ਕੋ ਪੁੱਛੇ ਕਿ ਤੁਹਾਡਾ ਕਿੰਨਾਕ ਇਹ ਤੁਹਾਡੀ ਗੱਲ ਮੰਨਦੇ ਨੇ ਜੇ ਘਟੋ ਘੜ ਹੋਰ ਕੁਝ ਨਹੀਂ ਕਰ ਸਕਦੇ ਪੰਥ ਰਤਨ ਜਿਹੜਾ ਦਿੱਤਾ ਇਹ ਹੀ ਵਾਪਸ ਲੈ ਲਓ ਸੋ ਸਾਨੂੰ ਇਹ ਲੱਗਦਾ ਵੀ ਜੱਲਿਆਂ ਵਾਲੇ ਬਾਗ ਤੋਂ ਬਾਅਦ ਇਹ ਦੂਜਾ ਇਹਨਾਂ ਨੇ ਉਹਦਾ ਮੈਮੋਰੀਅਲ ਉੱਥੇ ਬਣਾ ਕੇ ਉਹ ਹੱਡੀਆਂ ਉੱਥੇ ਰੱਖ ਦੇਣਗੇ ਔਰ ਉਹਨੂੰ ਸ਼ਹੀਦੀ ਇਹ ਕੱਲੀ ਪੰਜਾਬ ਗਵਰਨਮੈਂਟ ਕੋਲ ਨਹੀਂ ਰਹਿਗੇ ਦਾ ਕੰਟਰੋਲ ਵੀ ਸੈਂਟਰ ਗਵਰਨਮੈਂਟ ਲੈ ਲੇਗੀ ਕਿ ਜੀ ਇਹ ਤਾਂ ਇੰਡੀਅਨ ਇੰਡੀਪੈਂਡੈਂਸ ਮੂਵਮੈਂਟ ਦੇ ਸ਼ਹੀਦ ਨੇ 1857 ਤੋਂ ਆਲਰੇਡੀ ਬਣਾ ਦਿੱਤੇ ਉਹਨਾਂ ਨੇ ਹਾਂਜੀ ਸੋ ਇਹ ਗੱਲ ਸਾਬਤ ਕਰਦੀ ਹੈ ਵੀ ਜਨਾ ਕੋਈ ਜਥੇਦਾਰ ਦੀ ਪੁੱਛ ਗੇਛ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਬਿਆਨ ਦਿੱਤਾ ਇੱਕ ਕਿ ਜੀ ਇਹ ਇਹ ਕੋਈ ਹੱਕ ਨਹੀਂ ਹੈ ਪੁਤਲੇ ਸਾੜਨ ਦਾ ਪਹਿਲਾਂ ਪੈਰਵਾਹੀ ਕਰ ਲੈਂਦੇ ਲੇਕਿਨ ਗੱਲ ਤਾਂ ਉਹੀ ਹੋਣੀ ਹੈ ਜਿਹੜੀ ਬਾਦਲ ਨੇ ਚਾਹਣੀ ਹੈ ਤੇ ਬਾਦਲ ਨੇ ਉਹੀ ਕਰਨਾ ਹੈ ਜੋ ਆਰਐਸਐਸ ਨੇ ਚਾਹਣਾ ਤੇ ਆਰਐਸਐਸ ਦੇ ਲਈ ਇਹ ਭਈਏ ਪੁਰਬੀ ਸ਼ਹੀਦ ਨੇ ਸਿੱਖਾਂ ਦੀ ਤਾਂ ਕੋਈ ਅਹਿਮੀਅਤ ਨਹੀਂ ਹੈ ਸੋ ਇਹ ਗੱਲ ਦੱਸਦੀ ਹੈ ਕਿ ਕਿਸ ਕਦਰ ਬੇਬਸ ਹੈ ਈਵਨ ਅਕਾਲ ਤਖਤ ਦਾ ਜਥੇਦਾਰ ਵੀ ਲੇਕਿਨ ਫਿਰ ਵੀ ਚੰਬੜੇ ਹੋਏ ਨੇ ਆਪਣੀ ਜਥੇਦਾਰੀ ਨੂੰ ਜੀ ਡਾਕਟਰ ਸਾਹਿਬ ਤ ਸਭ ਸਾਡਾ ਸਮਾਹਣ ਸਮਾਪਤੀ ਵੱਲ ਜਾ ਰਿਹਾ ਹੈ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ ਦੱਸੋ ਅੱਜ ਦੇ ਵਿਚਾਰ ਲਈ ਅਸੀਂ ਭਾਈ ਅਨੰਦ ਲਾਲ ਜੀ ਦੀ ਗਜ਼ਲ ਨੰਬਰ 33 ਨੂੰ ਚੁਣਿਆ ਜੀ ਔਰ ਮੈਂ ਜ्यों-ਜ्यों ਇਸ ਨੂੰ ਪੜ੍ਹਦਾ ਇੱਕ ਨਸ਼ਾ ਜਿਹਾ ਆਂਦਾ ਹੈ ਔਰ ਉਹਨਾਂ ਨੇ بیان ਕੀਤਾ ਹੁਲੀ ਹੁਣ ਮੈਂ ਦੇਖ ਰਿਹਾ ਸੀ ਕਿ ਸਿੱਖਾਂ ਦਾ ਇੱਕ ਚੀਜ਼ ਦਾ ਗੁਰਪੁਰਬ ਨੇ ਉਹ ਸਾਡੇ ਲਈ ਧਾਰਮਿਕ ਅਹਿਮੀਅਤ ਰੱਖਦੇ ਨੇ ਜੇ ਤਿਉਹਾਰ ਕਹਿਣਾ ਹੋਏ ਕਿ ਸਿੱਖਾਂ ਦਾ ਐਕਸਕਲੂਸਿਵ ਤਿਉਹਾਰ ਜਿਹੜਾ ਖਾਲਸਾ ਸਾਜਨਾ ਤੋਂ ਬਾਅਦ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤਾ ਉਹ ਹੁਲਾ ਮਹੱਲੇ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੁਲਾ ਹੈ ਔਰ ਹੋਲੇ ਦਾ ਰੰਗ ਅਜ ਵੀ 2 ਮਿਲੀਅਨ ਸਿੱਖ ਜਾਂਦੇ ਨੇ ਹੋਲੇ ਮਹੱਲੇ ਤੇ ਉਹ ਕਰਤਬ ਨਿਹੰਗ ਸਿੰਘਾਂ ਦੇ ਦੇਖਣ ਤੇ ਭਾਈ ਅਨੰਦ ਲਾਲ ਜਿਨ੍ਹਾਂ ਨੇ ਉਹ ਤਬਦੀਲੀ ਅੱਖਾਂ ਦੇ ਸਾਹਮਣੇ ਦੇਖੀ ਕਿ ਕਿਵੇਂ ਚਾਰਜ ਫੇਰੇ ਫਜ਼ਾ ਦੇ ਵਿੱਚ ਕਿੱਥੇ ਤਾਂ ਹੋਲੀ ਸ਼ੂਦਰਾਂ ਦਾ ਤਿਹਾਰ ਇੱਕ ਦੂਜੇ ਤੇ ਗੰਦ ਪਾਉਣਾ ਇੱਕ ਦੂਜੇ ਦੇ ਪੰਗ ਪੀ ਕੇ ਔਰ ਦੂਜਾ ਜੇ ਅੱਜ ਵੀ ਜਾ ਕੇ ਯੂਪੀ ਬਿਹਾਰ ਮਥਰਾ ਗੋਕਲ ਬਿੰਦਰਾਬੰਦੀ ਹੋਲੀ ਦੇਖ ਲੋ ਫਿਰ ਲੱਗ ਜਾਏਗਾ ਪਤਾ ਵੀ ਹੋਲੀ ਦਾ ਕੀ ਰੂਪ ਸੀ ਸੋ ਗੁਰੂ ਸਾਹਿਬ ਨੇ ਉਹ ਗੁਲਾਲ ਹੋਏ ਉਹ ਰੰਗ ਹੋਣ ਉਹ ਅੰਬਰ ਉਹ ਕਸਤੂਰੀ ਉਹ ਅਤਰ ਉਹ ਖਸ਼ਬੂਆਂ ਤੇ ਉਸ ਦੇ ਨਾਲ ਜੰਗਜੂ ਆ ਜਿਹੜਾ ਸਾਰੀਆਂ ਪ੍ਰੈਕਟਿਸਿਸ ਦੇ ਨਾਲ ਉਸ ਦਾ ਰੂਪ ਬਦਲ ਕੇ ਰੱਖ ਦਿੰਦਾ ਹੈ ਹੁਣ ਭਾਈ ਨੰਦਰਾਲ ਵਿਟਨੈਸ ਨੇ ਉਸ ਸਾਰੇ ਨੂੰ ਸੋ ਉਹਨਾਂ ਦੀ ਇਹ ਗਜ਼ਲ ਜਿਹੜੀ ਹੈ ਉਹ ਇਸ ਦੇ ਦਿਵਾਲੀ ਹੋਲੀ ਦਾ ਰੰਗ ਹੋਲੀ ਤੋਂ ਪਾਵ ਹੋਲੇ ਕਿਉਂਕਿ ਕੰਬਾਈਨ ਕਰ ਦਿੱਤਾ ਹੈ ਉਹਨਾਂ ਨੇ ਸੋ ਇਸ ਦੇ ਉੱਤੇ ਔਰ ਕਿਵੇਂ ਗੁਰੂ ਕਲਗੀਧਰ ਦਾ ਜਲਵਾ ਹੈ ਔਰ ਕਿਵੇਂ ਸਾਰੀ ਫਜ਼ਾ ਦੇ ਵਿੱਚ ਉਤਸ਼ਾ ਹੈ ਸੋ ਪਹਿਲਾਂ ਉਹਦੀ ਮੈਂ ਫਾਰਸੀ ਮੂਲ ਪੜਦਾ ਜੀ ਗੁਲ ਹੋਲੀ ਬਾ ਬਾਗ ਦੇਹਰ ਬੂ ਕਰਦ ਲਬ ਚੋਂ ਗੁੰਚੇ ਰਾ ਫਰਖੰਦਾ ਖੂ ਕਰਦ ਗੁਲਾਬੋ ਅੰਬਰੋ ਮਸ਼ਕੋ ਅਬੀਰੇ ਚੂ ਬਾਰਾਂ ਬਾਰਸ਼ ਅਜ਼ ਸੁ ਬਸੂ ਕਰਦ ਜ਼ਹੇ ਪਚਕਾਰੀਏ ਪੁਰ ਜ਼ਾਫਰਾਨੀ ਜ਼ਾਫਰ ਕੇਸਰ ਨੂੰ ਕਹਿੰਦੇ ਨੇ ਹਾਂਜੀ ਕੇਸਰ ਕੁਲਿਆ ਪਾਣੀ ਜ਼ਹੇ ਪਚਕਾਰੀਏ ਪਚਕਾਰੀ ਦੇ ਵਿੱਚ ਕੇਸਰ ਕੁਲਿਆ ਖੁਸ਼ਬੂ ਦਾ ਪਾਣੀ ਜ਼ਹੇ ਪਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇਰੰਗ ਰਾ खुश रंगो बू करत के हर बेरंग भी रंग च रंग और चार चेरे खुशबोह ने गुलाल अफसान दस्ते मुबारक ज़मीनों आसमारा करत के जमीन तो आसमान तक उस प्यारे दे दस्ते मुबारक दे नाल जो तो रंग उड़े तो जमीन और आसमान सारे ही उस प्यारे दे रंग च रंगे गए दो आलम गश्त रंगीन अज तुफैलश ਚੂ ਸ਼ਾਹਮ ਜਾਮਾ ਰੰਗੀ ਦਰ ਗਲੂ ਕਰਤ ਕਿ ਉਹਨਾਂ ਦੇ ਗਲ ਚ ਵੀ ਪਾਇਆ ਚੋਲਾ ਉਹ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਔਰ ਜ਼ਮੀਨ ਔਰ ਅਸਮਾਨ ਉਸ ਗੁਲਾਲ ਦੇ ਵਿੱਚ ਰੰਗੇ ਹੋਏ ਨੇ ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦ ਦੇ ਉਮਰ ਰਾ ਹਾਸਲ ਨਿਕੋ ਕਰਤ ਕਿ ਜਿਨੇ ਵੀ ਉਹਨਾਂ ਦਾ ਦੀਦਾਰ ਕੀਤਾ ਹੈ ਉਹਨੇ ਦੋ ਆਲਮ ਦੇ ਰਾਜ਼ ਨੂੰ ਜਾਣ ਲਿਆ ਸ਼ਵਦ ਕੁਰਬਾਨ ਖਾਕੇ ਰਾਹੇ ਸੰਗਤ ਦੇ ਲੇਗੋ ਆ ਖਮੀ ਰਾ ਆਰਜ਼ੂ ਕਰਦ ਕਿ ਮੈਂ ਉਸ ਧੂੜੀ ਤੋਂ ਸੰਗਤ ਦੀ ਕੁਰਬਾਨ ਹੈ ਜਿਸ ਤੋਂ ਇਹ ਸਾਰਾ ਰੰਗ ਜਿਹੜਾ ਚਾਰਚ ਫੇਰੇ ਫੈਲੇ ਔਰ ਉਹਦਾ ਪੰਜਾਬੀ ਅਨਵਾਦ ਪ੍ਰਿੰਸੀਪਲ ਹਰਪ੍ਰੀਤ ਸਿੰਘ ਜੀ ਨੇ ਕੀਤਾ ਔਰ ਸਿੰਪਲ ਪੰਜਾਬੀ ਹੈ ਮੈਂ ਉਹਦੀ ਇੰਟਰਪ੍ਰੀਟੇਸ਼ਨ ਨਹੀਂ ਕਰਾਂਗਾ ਜੀ ਫੁੱਲ ਹੋਲੀ ਦੇ ਜੱਗ ਬਗੀਚਾ ਨਾਲ ਸੁਗੰਧ ਮਹਿਕਾਇਆ ਫੁੱਲ ਹੋਲੀ ਦੇ ਜਗ ਬਗੀਚਾ ਨਾਲ ਸੁਗੰਧ ਮਹਿਕਾਇ ਗੁੰਚੇ ਵਰਗੇ ਹੋਠਾਂ ਤਾਈਂ ਸੋਹਣਾ ਉਸ ਸਜਾਇ ਫੁੱਲ ਗੁਲਾਬ ਅਤੇ ਮੁਸ਼ਕ ਅੰਬਰ ਅਲਤਾ ਤੇ ਕਸਤੂਰੀ ਰਲਮਣ ਸਭਨਾ ਛੇਬਰ ਲਾਈ ਹਰ ਪਾਸੇ ਹਰ ਦੂਰੀ ਕੇਸਰ ਦੀ ਪਿਚਕਾਰੀ ਸਖੀਏ ਉਸਤ ਕਰਾਂ ਕੀ ਤੇਰੀ ਹਰ ਬੇਰੰਗ ਨੂੰ ਰੰਗਣ ਦੇ ਕੇ ਵਾ ਵਾ ਮੈਂ ਇੱਕ ਖਲੇਰੀ ਪਾਵਨ ਹੱਥਾਂ ਨਾਲ ਗੁਰਾਂ ਨੇ ਰੂਹੇ ਗੁਲਾਬ ਉਡਾਇਆ ਧਰਤੀ ਅਤੇ ਆਕਾਸ਼ ਨੂੰ ਜਿਸ ਨੇ ਲਾਲ ਗੁਲਾਲ ਬਣਾਇਆ ਸੁੰਦਰ ਚੂੜਾ ਦਾਤਾ ਮੇਰੇ ਗਲ ਵਿੱਚ ਜਦੋਂ ਸਜਾਇਆ ਅਰਸ਼ ਫਰਸ਼ ਹੋ ਸਦਕੇ ਉਸ ਤੋਂ ਸੋਹਣਾ ਰੂਪ ਵਟਾਇਆ ਜਿਸ ਕਿਸੇ ਨੇ ਮੇਰੇ ਗੁਰੂ ਦਾ ਪਾਵਨ ਦਰਸ਼ਨ ਕੀਤਾ ਇਸ ਉਮਰਾ ਦਾ ਲਾਹਾ ਜਾਣੋ ਉਸਨੇ ਲੀਤਾ ਤੇ ਅਖੀਰ ਚ ਕਹਿੰਦੇ ਨੇ ਸਾਧ ਸੰਗਤ ਦੀ ਧੂੜੀ ਉਤੋਂ ਤਨ ਮਨ ਘੋਲ ਕੁਮਾਵਾਂ ਸਾਧ ਸੰਗਤ ਦੀ ਧੂੜੀ ਉਤੋਂ ਤਨ ਮਨ ਘੋਲ ਕੁਮਾਵਾਂ ਇੱਕੋ ਇੱਕ ਸਦਰ ਏ ਮੇਰੀ گویا ਹੋਰ ਨਾ ਚਾਵਾ ਕਿ ਮੇਰੀ ਇਕੋ ਹੀ ਇੱਛਾ ਹੈ ਕੋਈ ਸੱਦਰ ਹੈ ਕਿ ਮੈਂ ਸਾਧ ਸੰਗਤ ਦੇ ਚਰਨਾ ਦੀ ਧੂੜ ਤੋਂ ਆਪਾ ਕੋਲ ਕੁਮਾ ਦੇ ਆ ਸੋ ਇਹ ਹੋਲੀ ਨੂੰ ਹੋਲੇ ਦੇ ਰੰਗ ਵਿੱਚ ਬਦਲਣਾ ਤੇ ਅਨੰਦਪੁਰ ਦੀ ਫਜ਼ਾ ਦੇ ਵਿੱਚ ਉਹ ਉਤਸ਼ਾਹ ਇਹ ਭਾਈ ਨੰਦ ਲਾਲ ਜੀ ਨੇ ਇਸ ਗਜ਼ਲ ਦੇ ਵਿੱਚ ਹੋਲੀ ਦਾ ਰੰਗ ਬਿਆਨਿਆ ਔਰ ਗੁਰੂ ਸਾਹਿਬ ਨੇ ਬਾਣੀ ਚ ਫਰਮਾਇਆ ਸੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੇ ਸੋ ਇਹ ਅਸਲੀ ਹੋਲੀ ਹੈ ਜਿਹੜੀ ਪਿਆਰਿਆਂ ਦੇ ਗੁਰੂ ਪਿਆਰ ਦੇ ਵਿੱਚ ਨਰੰਕਾਰ ਦੇ ਪਿਆਰ ਦੇ ਵਿੱਚ ਗੁਰੁੱਜ ਹੋ ਕੇ ਤੇ ਖਾਲਸਾਈ ਜਾਹੋ ਜਲਾਲ ਦੇ ਨਾਲ ਹੋਲੇ ਮਹੱਲੇ ਦੇ ਰੂਪ ਚ ਅਨੰਦ ਪ੍ਰਸਾਦ ਸਥਾਪਿਤ ਹੋਈ ਪਰ ਇਹ ਓਨਲੀ ਸਿੱਖ ਫੈਸਟੀਵਲ ਹੈ ਜਿਹੜਾ ਖਾਲਸਾ ਸਾਜਣ ਤੋਂ ਬਾਅਦ ਸਟੈਬਲਿਸ਼ ਹੋਇਆ ਔਰ ਇਹਨੂੰ ਸਾਨੂੰ ਉਸੇ ਸਪਿਰਟ 'ਚ ਮਨਾਉਣਾ ਚਾਹੀਦਾ ਹੈ ਨਾ ਕਿ ਜਸਟ ਖੁੱਲੀ-ਹੋਲੀ-ਹੋਲੀ ਕਰਦੇ ਆਂ ਬਾਕੀ ਸਾਰਾ ਕੁਝ ਭੁੱਲਿਆ ਹੋਇਆ ਹੈ ਇਹ ਵੀ ਯਾਦ ਰੱਖੇ ਹਿੰਦਨ ਕੀ ਹੋਲੀ ਔਰ ਸਿੰਘਨ ਕੋ ਹੋ ਰਹਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਈਵਰ ਸਾਡੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਵਿਚਾਰ ਭੇਜਣਾ ਨਾ ਭੁੱਲਣਾ s o s@tvhd4.tv ਤੇ ਅਸੀਂ ਆਪਣਾ ਨੈਕਸਟ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ